ਚੰਡੀਗੜ੍ਹ ਦੇ ਐਲਾਂਟੇ ਮਾਲ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਟੋਏ ਟ੍ਰੇਨ ਤੋਂ ਡਿੱਗਣ ਦੇ ਕਾਰਨ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਦਈਏ, ਚੰਡੀਗੜ੍ਹ ਦੇ ਐਲਾਂਟੇ ਮਾਲ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਟੋਏ ਟ੍ਰੇਨ ਦੇ ਵਿੱਚੋਂ ਡਿੱਗਣ ਕਾਰਨ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਸ਼ਾਮ ਦੇ ਸਮੇਂ ਇਹ ਬੱਚਾ ਆਪਣੇ ਪਰਿਵਾਰ ਦੇ ਨਾਲ ਐਲਾਂਟੇ ਮਾਲ ਦੇ ਵਿੱਚ ਆਇਆ ਹੋਇਆ ਸੀ, ਅਤੇ ਜਦੋਂ ਇਹ ਟੋਏ ਟ੍ਰੇਨ ਦੇ ਵਿੱਚ ਬੈਠਾ ਸੀ ਤਾਂ ਅਚਾਨਕ ਹੀ ਟੋਏ ਟ੍ਰੇਨ ਦੇ ਵਿੱਚੋਂ ਹੇਠਾਂ ਗਿਰ ਜਾਂਦਾ ਹੈ, ਜਿਸ ਦੇ ਕਾਰਨ ਉਸਦੇ ਸਿਰ ਦੇ ਵਿੱਚ ਸੱਟ ਲੱਗਦੀ ਹੈ, ਖੂਨੋ ਖੂਨ ਹੋ ਜਾਂਦਾ ਹੈ। ਅਤੇ ਕਿਹਾ ਜਾ ਰਿਹਾ ਕਿ ਜਦੋਂ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਤਾਂ ਚੰਡੀਗੜ੍ਹ ਦੇ ਐਲਾਂਟੇ ਮਾਲ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ, ਟੋਏ ਟ੍ਰੇਨ ਤੋਂ ਡਿੱਗ ਕੇ ਬੱਚੇ ਦੀ ਮੌਤ ਹੋਈ ਹੈ। 10 ਸਾਲ ਦੇ ਬੱਚੇ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਹਸਪਤਾਲ 'ਚ ਇਲਾਜ ਦੇ ਦੌਰਾਨ ਬੱਚੇ ਦੀ ਮੌਤ ਹੋ ਗਈ, ਅਤੇ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਦੇ ਵਿੱਚ ਇਹ ਪਰਿਵਾਰ ਘੁੰਮਣ ਦੇ ਲਈ ਆਇਆ ਹੋਇਆ ਸੀ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਨੇ ਉਸ ਟੋਏ ਟ੍ਰੇਨ ਨੂੰ ਵੀ ਜ਼ਬਤ ਕਰ ਲਿਆ। ਤਾਂ ਟੋਏ ਟ੍ਰੇਨ ਦੀਆਂ ਇਹ ਤਸਵੀਰਾਂ ਜੋ ਤੁਹਾਡੀ ਸਕਰੀਨ 'ਤੇ ਨੇ, ਇਹ ਉਹੀ ਟੋਏ ਟ੍ਰੇਨ ਹੈ ਜਿਸ ਦੇ ਵਿੱਚੋਂ ਬੱਚਾ ਡਿੱਗਿਆ ਹੈ, ਅਤੇ ਹੁਣ ਪੁਲਿਸ ਨੇ ਇਹ ਟੋਏ ਟ੍ਰੇਨ ਨੂੰ ਜ਼ਬਤ ਕਰ ਲਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਇਹ ਟੋਏ ਟ੍ਰੇਨ ਦਾ ਡਰਾਈਵਰ ਸੀ ਉਸਨੂੰ ਵੀ ਗ੍ਰਿਫਤਾਰ ਕੀਤਾ ਗਿਆ, ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਜਿਵੇਂ ਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ, ਸੰਡੇ ਦਾ ਦਿਨ ਸੀ ਅਤੇ ਬੱਚੇ ਘੁੰਮਣ ਦੇ ਲਈ ਨਿਕਲਦੇ ਨੇ ਆਪਣੇ ਪੇਰੈਂਟਸ ਦੇ ਨਾਲ, ਅਤੇ ਜਦੋਂ ਇਹ ਵੀ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਘੁੰਮਣ ਦੇ ਲਈ ਐਲਾਂਟੇ ਮਾਲ ਦੇ ਵਿੱਚ ਆਇਆ ਹੋਇਆ ਸੀ, ਤਾਂ ਬੱਚਿਆਂ ਨੂੰ ਐਂਟਰਟੇਨ ਕਰਨ ਦੇ ਲਈ ਅਕਸਰ ਦੇਖਿਆ ਜਾਂਦਾ ਹੈ ਕਿ ਵੱਡੇ ਵੱਡੇ ਮਾਲ ਦੇ ਵਿੱਚ ਕਈ ਵਾਰ ਟੋਏ ਟ੍ਰੇਨ ਵਗੈਰਾ ਹੁੰਦੀ ਹੈ, ਟੋਏ ਕਾਰ ਵਗੈਰਾ ਹੁੰਦੀ ਹੈ, ਤਾਂ ਜੋ ਬੱਚੇ ਇਸ ਦੇ ਉੱਤੇ ਝੂਟੇ ਲੈਂਦੇ ਨੇ। ਤਾਂ ਠੀਕ ਉਸੇ ਤਰ੍ਹਾਂ ਇਹ ਵੀ ਬੱਚਾ ਜੋ ਹੈ ਉਹ ਝੂਟੇ ਲੈ ਰਿਹਾ ਸੀ ਟੋਏ ਟ੍ਰੇਨ ਦੇ ਵਿੱਚ, ਪਰ ਅਚਾਨਕ ਹੀ ਟੋਏ ਟ੍ਰੇਨ ਦੇ ਵਿੱਚੋਂ ਇਹ ਬੇਕਾਬੂ ਹੋ ਜਾਂਦਾ, ਇਸਦਾ ਸੰਤੁਲਨ ਜੋ ਹੈ ਉਹ ਖੋ ਬਹਿੰਦਾ ਬੱਚਾ, ਅਤੇ ਟੋਏ ਟ੍ਰੇਨ ਦੇ ਵਿੱਚੋਂ ਹੇਠਾਂ ਡਿੱਗ ਜਾਂਦਾ, ਜਿਸ ਦੇ ਕਾਰਨ ਉਸਦੇ ਸਿਰ ਦੇ ਵਿੱਚ ਸੱਟ ਲੱਗਦੀ ਹੈ ਅਤੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਟੋਏ ਟ੍ਰੇਨ ਨੂੰ ਜ਼ਬਤ ਕੀਤਾ ਗਿਆ, ਅਤੇ ਟੋਏ ਟ੍ਰੇਨ ਦਾ ਜੋ ਡਰਾਈਵਰ ਹੈ ਉਸਦੇ ਕੋਲੋਂ ਵੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਚੰਡੀਗੜ੍ਹ ਦਾ ਐਲਾਂਟੇ ਮਾਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆਇਆ, ਐਲਾਂਟੇ ਮਾਲ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ।